ਅੱਜ ਸਾਡੇ ਨਾਲ ਜਨਾਬ ਇਮਰਾਨ ਮੁਸਤਫਾ ਸਾਹਿਬ ਪੰਜਾਬੀ ਵਿਹੜੇ ਦੇ ਤਰਫੋਂ ਜਿਹੜਾ ਹਾਜ਼ਰ ਹੋਏ ਆ ਅਤੇ ਇਹ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਆਉਣ ਵਾਲੇ ਬਜ਼ੁਰਗ ਹਾਜੀ ਮੁਹੰਮਦ ਸੁਲੇਮਾਨ ਸਾਹਿਬ ਦੇ ਨਾਲ ਮੁਲਾਕਾਤ ਕਰਨਗੇ। ਇਹ 1947 ਦੀ ਕਹਾਣੀ ਦੁਬਾਰਾ ਅੱਜ ਫਿਰ ਸੁਣਨਗੇ। ਇੱਕ ਵਾਰੀ ਅੱਗੇ ਸੁਣ ਕੇ ਗਏ ਆ, ਚੜ੍ਹਦੇ ਪੰਜਾਬ ਦੀ ਅਤੇ ਇੱਧਰ ਲਹਿੰਦੇ ਪੰਜਾਬ ਦੇ ਲੋਕਾਂ ਦੇ ਵਿੱਚ ਮੁਹੱਬਤਾਂ ਤਕਸੀਮ ਕਰਨ ਵਾਲੇ ਲੋਕ ਹਲੇ ਵੀ ਜਿਹੜਾ ਹੈਗਾ ਵਾ ਉਹ ਸਾਡੇ ਦਰਮਿਆਨ ਮੌਜੂਦ ਆ। ਜਦਕਿ ਉਸ ਵਕਤ ਐਸੇ ਹਾਲਾਤ ਹੋ ਗਏ ਸੀਗੇ ਕਿ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਸੀਗੇ ਅਤੇ ਉਦੋਂ ਵੀ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਤਕਸੀਮ ਕਰਨ ਵਾਲੇ ਲੋਕ ਮੌਜੂਦ ਸੀਗੇ ਅਤੇ ਅੱਜ ਵੀ ਪੰਜਾਬ ਜਿਹੜਾ ਵਾ ਉਹ ਇੱਕ ਆ ਅਤੇ ਇੱਕ ਰਹੂਗਾ। ਅਤੇ ਅਸੀਂ ਉਸੇ ਪੰਜਾਬੀ ਸਿਲਸਿਲੇ ਦੇ ਵਿੱਚ ਜਨਾਬ ਇਮਰਾਨ ਮੁਸਤਫਾ ਸਾਹਿਬ ਪੰਜਾਬੀ ਵਿਹੜੇ ਵੱਲੋਂ ਸਾਡੇ ਕੋਲੋਂ ਹਾਜ਼ਰ ਹੋਏ ਆ, ਇਹ ਬਾਬਾ ਜੀ ਦਾ ਇੰਟਰਵਿਊ ਕਰਦੇ ਵਾ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਨੇ ਬਾਬਾ ਜੀ? ਠੀਕ ਹੈ ਜੀ, ਸ਼ੁਕਰ ਅੱਲਾਹ। ਅੱਛਾ ਬਾਬਾ ਜੀ, ਤੁਸੀਂ ਦੱਸਦੇ ਸੀ ਵੀ ਤੁਹਾਡੇ ਪਿੰਡ 'ਚ ਤੁਸੀਂ ਰਹਿ ਗਏ ਸੀ, ਉਹ ਕਿਹੜਾ ਪਰਿਵਾਰ ਸੀ ਜਿਨ੍ਹਾਂ ਨੇ, ਸਿੱਖ ਪਰਿਵਾਰ ਸੀ ਕਿ ਕਿਹਨਾਂ ਨੇ ਤੁਹਾਨੂੰ ਉੱਥੇ ਆਪਣੇ ਪਿੰਡ 'ਚ ਰੱਖ ਲਿਆ ਸੀ? ਰੱਖ ਲਿਆ ਜੀ, ਸਾਨੂੰ ਉੱਥੇ ਗੁਲਜ਼ਾਰਾ ਸੀਗਾ ਸਿੱਖ। ਅੱਛਾ, ਗੁਲਜ਼ਾਰਾ। ਇੱਕ ਮੱਘਰ ਸਿੰਘ ਸੀਗਾ। ਅੱਛਾ, ਸੂਬੇਦਾਰ। ਅੱਛਾ, ਉਹਨਾਂ ਨੇ ਸਾਨੂੰ ਰੱਖ ਲਿਆ ਸੀਗਾ, ਅਸੀਂ 4 ਮਹੀਨੇ ਬਾਅਦ ਜਾਏ ਸੀਗੇ। ਅੱਛਾ, ਤੇ ਗੁਲਜ਼ਾਰੇ ਦੇ ਵਾਲਦ ਦਾ ਨਾਮ ਕੀ ਸੀ, ਪਿਓ ਦਾ ਨਾਮ? ਉਹਦਾ ਨਾਮ ਕਾਕੂ ਸੀ। ਕਾਕੂ, ਤੇ ਮਾਂ ਦਾ ਨਾਮ? ਚੰਦੀ ਸੀ। ਅੱਛਾ, ਤੇ ਇਹਨਾਂ ਦੇ ਭਰਾਵਾਂ ਦਾ ਕੀ ਨਾਮ ਸੀ? ਉਹਦੇ ਨਾਲ ਦਲੀਪ। ਅੱਛਾ, ਦਲਵਾਰਾ। ਠੀਕ। ਅੱਛਾ, ਤੇ ਕਿਹੜੇ ਕਬੱਡੀ ਖੇਡਦੇ ਸੀ ਉਹ? ਤੁਸੀਂ ਆਪਦੇ ਉਹਨਾਂ ਦੇ ਇੱਕ ਭਰਾ ਸੀ। ਕਬੱਡੀ ਤਾਂ ਖੇਡਦੇ ਸੀਗੇ, ਉਹ ਤਾਂ ਹੋਰ ਸੀਗਾ ਇੱਕ। ਠੀਕ। ਨਰੰਗਾ। ਅੱਛਾ ਅੱਛਾ। ਹਾਂ ਠੀਕ। ਅੱਛਾ ਬਾਬਾ ਜੀ, ਉਹ ਤੁਸੀਂ 1947 ਦੀ ਕਹਾਣੀ ਦੱਸੋ ਵੀ ਤੁਹਾਡੇ ਪਿੰਡ 'ਚ ਕੋਈ ਬੰਦਾ ਸ਼ਹੀਦ ਹੋਇਆ? ਸਾਡੇ ਪਿੰਡ 'ਚ ਨਹੀਂ ਕੋਈ ਸ਼ਹੀਦ ਹੈ। ਅੱਛਾ, ਅੱਲਾ ਨੇ ਸਾਰੇ ਨਿਆਲੇ। ਅੱਛਾ, ਤੁਹਾਡੇ ਪਿੰਡ 'ਚ ਖੈਰ ਖੈਰੀਅਤ ਨਾਲ ਲੋਕ ਆਏ? ਹਾਂ ਸਾਰੇ। ਅੱਛਾ, ਕਿਹਨਾਂ ਨੇ ਜ਼ਿਆਦਾ ਮਦਦ ਕੀਤੀ ਉਹ ਸਿੱਖਾਂ 'ਚੋਂ ਵੀ ਤੁਹਾਡੇ ਪਰਿਵਾਰ ਦੀ, ਜਿਨ੍ਹਾਂ ਨੇ ਤੁਹਾਡੇ ਪਿੰਡ ਵਾਲਿਆਂ ਦੀ ਜ਼ਿਆਦਾ ਉਹ ਅਮਦਾਦ ਕੀਤੀ? ਉਹਨਾਂ ਨੂੰ ਜਿਹੜੇ ਤੁਹਾਨੂੰ ਮੈਂ ਨਾਮ ਦੱਸਿਆ, ਇਹਨਾਂ ਸਾਰਿਆਂ ਨੇ ਅਮਦਾਦ ਕੀਤੀ ਸਾਡੀ। ਅੱਛਾ, ਉਹ ਦੱਸਦੇ ਨੇ, ਅਸੀਂ ਸੁਣਨ 'ਚ ਇਹ ਆਇਆ ਕਿ ਉਹਨਾਂ ਦਾ ਚਬਾਰਾ ਹੈ ਸੀ ਕਾਕੂ ਦਾ। ਹਾਂ, ਅਤੇ ਉਹਨਾਂ ਨੇ ਗੁਲਜ਼ਾਰਾ ਸਿੰਘ ਸੀ ਜਿਹੜਾ, ਉਹਨਾਂ ਨੇ ਆਪਣੇ ਚਬਾਰੇ 'ਤੇ ਵੀ ਮੁਸਲਮਾਨ ਪਰਿਵਾਰ ਨੂੰ ਅਪਣਾ ਦਿੱਤੀ। ਹਾਂ, ਉਹਨਾਂ ਨੂੰ ਖਾਣਾ ਵਗੈਰਾ ਉਹਨਾਂ ਦਾ ਸਾਰਾ ਹਰ ਕਿਸਮ ਦਾ ਖਿਆਲ ਕੀਤਾ। ਹਾਂ ਠੀਕ। ਅੱਛਾ ਬਾਬਾ ਜੀ, ਹੁਣ ਜ਼ਰਾ ਆਉਂਦੇ ਹਾਂ ਉਸ ਗੱਲ ਵੱਲੇ ਕਿ ਜਦੋਂ ਤੁਸੀਂ ਉੱਥੋਂ ਚੱਲੇ ਅਤੇ ਉਹਨਾਂ ਦੇ ਵਾਲਦ ਸਾਹਿਬ ਸੀ ਜਿਹੜੇ ਕਾਕੂ, ਅਤੇ ਉਹਨਾਂ ਨੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਰੋਕਦੇ ਸੀਗੇ। ਅੱਛਾ, ਅਸੀਂ ਫਿਰ ਇਹ ਗੱਲ ਕਹੀ ਵੀ ਅਸੀਂ, ਸਾਡੇ ਬਾਪ ਨੇ ਕਿਹਾ ਵੀ ਅਸੀਂ ਬੱਚੇ ਬੱਚੀਆਂ ਕਿੱਥੇ ਦੇਵਾਂਗੇ। ਠੀਕ। ਕਾਕੂ ਨਾਲ ਤੁਹਾਡਾ ਪਿਆਰ ਮੁਹੱਬਤ ਕਿੰਨਾ ਕੀ ਸੀਗਾ? ਬੜਾ ਸੀ, ਉਹ ਬੜਾ ਸਾਰੇ ਚੰਗੇ ਸੀਗੇ, ਉਹ ਇੱਦਾਂ ਸਰੀਕਾ ਨਹੀਂ ਸੀ ਰੱਖ ਦਿੰਦੇ, ਉਹ ਲੋਕ ਬਹੁਤ ਚੰਗੇ ਸੀ। ਨਹੀਂ ਬਾਬਾ ਜੀ, ਜਦੋਂ ਤੁਸੀਂ ਆਏ ਤੇ ਕਾਕੂ ਦੇ ਕੀ ਤਾਸਰਾਤ ਸੀ? ਵੀ ਕਾਕੂ ਕੀ ਕਰਦਾ ਸੀ? ਬੁੱਢਾ ਸੀ, ਰੋਂਦਾ ਸੀ ਵਿਚਾਰਾ। ਅੱਛਾ, ਰੋਂਦਾ ਸੀ ਵੀ ਨਾ ਜਾਓ? ਠੀਕ। ਅੱਛਾ ਅੱਛਾ ਠੀਕ, ਉਹ ਰੋਂਦਾ ਸੀ ਵੀ ਤੁਸੀਂ ਨਾ ਜਾਓ? ਅੱਛਾ, ਉਹਨਾਂ ਦੇ ਉਹ ਜਦੋਂ ਵੰਡ ਤੋਂ ਪਹਿਲੇ ਤੁਹਾਡਾ ਉਹਨਾਂ ਨਾਲ ਰਹਿਣ ਸਹਿਣ ਚੰਗਾ ਸੀ, ਮਾੜਾ ਨਹੀਂ ਸੀ? ਅੱਛਾ ਅੱਛਾ। ਤੇ ਕਿਹੜਾ ਗੁਲਜ਼ਾਰਾ ਹੈ ਸੀ, ਤੇ ਉਹਨੇ ਕੋਈ ਪਿੰਡ ਦਾ ਯਾਨੀ ਕਿ ਮੁਸਲਮਾਨ ਪਰਿਵਾਰ ਨੂੰ ਕੋਈ ਬੰਦਾ ਮਰਨ ਨਹੀਂ ਦਿੱਤਾ? ਅੱਛਾ, ਉਹ ਖੈਰੀਅਤ ਨਾਲ, ਬਲਕਿ ਸੁਣਿਆ ਕਿ ਤੁਹਾਨੂੰ ਛੱਡ ਕੇ ਵੀ ਗਿਆ ਉਹ? ਛੱਡ ਕੇ ਵੀ ਗਿਆ। ਅੱਛਾ, ਯਾਨੀ ਕਿ ਗੁਲਜ਼ਾਰੇ ਖੁਦ ਤੁਹਾਨੂੰ ਛੱਡ ਗਿਆ ਉੱਥੇ ਕੈਂਪ 'ਚ? ਤੇ ਗੁਲਜ਼ਾਰੇ ਹੋਣਾ 'ਚੋਂ ਕੋਈ ਭਰਾ ਐਸਾ ਜਿਹੜਾ ਤੁਹਾਡਾ ਹਮ ਉਮਰ ਹੋਵੇ? ਬਸ ਉਹ ਛੋਟੇ ਹਮ ਉਮਰ ਹੋਈ ਹੋਣਗੇ, ਗੁਲਜ਼ਾਰਾ ਦਲਵਾਰਾ ਕਰਤਾਰਾ ਹੀ। ਅੱਛਾ, ਦਲਵਾਰਾ ਕਰਤਾਰਾ ਤੁਹਾਡੇ ਤਕਰੀਬਨ ਉਮਰ ਦੇ ਹਾਣੀ ਸੀ, ਇਕੱਠੇ ਖੇਡਦੇ ਰਹੇ ਆ। ਹਾਂ ਅੱਛਾ ਅੱਛਾ ਠੀਕ। ਅੱਛਾ ਬਾਬਾ ਜੀ, ਜਦੋਂ ਤੁਸੀਂ ਆਏ ਤੁਹਾਡੀਆਂ ਜਿਹੜੀਆਂ ਮੱਝਾਂ ਵਗੈਰਾ ਹੈ ਸੀ, ਮਾਲ ਡੰਗਰ, ਉਹ ਵੀ ਸੁਣਿਆ ਕਿ ਉਹਨਾਂ ਨੇ ਉਹ ਕੀਤਾ ਵੀ ਉਹਨਾਂ ਨੇ ਖਰੀਦ ਕੇ ਪੈਸੇ ਤੁਹਾਨੂੰ ਉਹਨਾਂ ਦੇ ਦਿੱਤੇ? ਠੀਕ ਹੈ, ਉਹ ਵੀ ਦਿੱਤੇ। ਅੱਛਾ, ਉਹ ਕਿਹਨਾਂ ਨੇ ਦਿੱਤੇ ਸੀ? ਸਿੱਖਾਂ ਨੇ। ਕਿਹੜਿਆਂ ਨੇ? ਉਹ ਸੀਗਾ ਮੱਘਰ ਸਿੰਘ। ਅੱਛਾ,
ਮਗਰ ਸਿੰਘ ਹੋ ਗਿਆ ਤੇ ਇੱਕ ਕਾਕੂ ਹੋਰੀ ਹੋ ਗਿਆ। ਇੱਕ ਉਹਦਾ ਮਗਰ ਸਿੰਘ ਦਾ ਬੱਚਾ ਸਾਡੇ ਲੈ ਗਿਆ ਟਕੇ। ਅੱਛਾ ਉਹ ਬੇਈਮਾਨ ਹੋ ਗਿਆ ਨਾਲ ਲਿਆਇਆ। ਅੱਛਾ ਫਿਰ ਉਹਦੇ ਨਾਲ ਉਹਦੇ ਚਾਚੇ ਦੇ ਪੁੱਤ ਨੇ ਗਾਲਾਂ ਕੱਢੀਆਂ ਵੀ ਕਿਸੇ ਨੂੰ ਚੀਜ਼ ਨਾ ਦਿਓ। ਅੱਛਾ ਅੱਛਾ ਹਾਂਜੀ ਕਾਕੂ ਨੇ ਪੈਸੇ ਲੈ ਕੇ ਦਿੱਤੇ ਤੁਹਾਨੂੰ? ਸੂਬੇਦਾਰ ਸੀ ਮਗਰ ਸਿੰਘ। ਅੱਛਾ ਅੱਛਾ ਤੇ ਉਹ ਬਈ ਉਹ ਕਹਿਣ ਲੱਗਾ ਕਿ ਉਹਦੇ ਚਾਚੇ ਦਾ ਪੁੱਤ ਕਿਸੇ ਨੂੰ ਬਈ ਚੀਜ਼ ਨਾ ਦਿਓ ਤੇ ਤੁਹਾਡੇ ਭੈਣ ਚੋਂ ਸਾਰੇ ਬੇਈਮਾਨ ਹੋ ਜਾਂਦੇ ਆ। ਫਿਰ ਉਹਨੇ ਆਖਿਆ ਮੈਨੂੰ ਗਾਲਾਂ ਕੱਢ ਗਿਆ, ਮੈਂ ਦੇਣੇ ਬਹੁਤ ਦਿੰਦੇ ਪੈਸੇ। ਫਿਰ ਉਸਨੇ ਸਾਨੂੰ 600-700 ਰੁਪਈਆ ਚੰਗਾ ਪਾ ਜਾਂਦਾ ਸੀ ਰਬਲ ਦਾ, ਉਹਨੇ 1400 ਰੁਪਈਆ ਸਾਨੂੰ ਦੇ ਦਿੱਤਾ। ਅੱਛਾ ਪੈਸੇ ਯਾਨੀ ਕਿ ਤੁਹਾਨੂੰ ਦਿੱਤੇ? ਪੈਸੇ ਦੇ ਦਿੱਤੇ। ਅੱਛਾ ਅੱਛਾ ਨਾਲ ਅਸੀਂ ਕਰ ਲਏ ਠੀਕ। ਫਿਰ ਆਪਣੀਆਂ ਮੱਝਾਂ ਖੋਲ੍ਹ ਕੇ ਲੈ ਗਿਆ, ਚਿਰਾਗ ਸੀ ਨਾਲ ਇਹਨੇ ਵੀ ਲੈ ਗਿਆ, ਐਸ ਮੈਲ ਸੀਗਾ ਇਹਨਾਂ ਨੇ ਸਾਰਿਆਂ ਨੂੰ ਫਿਰ ਪੈਸੇ ਉਹਨੇ ਥੋੜ੍ਹੇ ਬਹੁਤੇ ਦਿੱਤੇ ਠੀਕ। ਯਾਨੀ ਕਿ ਉਹਨਾਂ ਨੇ ਪੈਸੇ ਦਿੱਤੇ? ਪੈਸੇ ਦਿੱਤੇ ਠੀਕ। ਅੱਛਾ ਬਾਬਾ ਜੀ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਅਤੇ ਉਹ ਤੁਹਾਡੇ ਪਿੰਡ 'ਚ ਜਦੋਂ ਰੌਲੇ ਪਏ ਅਤੇ ਕੋਈ ਪਤਾ ਨਹੀਂ ਜਦੋਂ ਰੌਲਾ ਪਿਆ ਬਈ ਪਾਕਿਸਤਾਨ ਬਣ ਜਾਣਾ ਐਲਾਨ ਹੋਇਆ ਅਤੇ ਤੁਹਾਡੇ ਪਿੰਡ 'ਚ ਲੜਾਈ ਝਗੜਾ ਨਹੀਂ ਹੋਇਆ ਬਿਲਕੁਲ ਹੀ? ਨਹੀਂ ਕੋਈ। ਅੱਛਾ ਸਗੋਂ ਪਹਿਲੇ ਲਾਉਂਦੇ ਸੀ ਰਲ ਕੇ ਵੀ ਕਹਿੰਦੀ ਕੋਈ ਬਾਹਰੋਂ ਆਣ ਕੇ ਮਾਰ ਜੂਗਾ, 4 ਦਿਨ ਗਰਬਰੇਸ਼ਨ ਹੈਗੀ ਹਟ ਜਾਏਗੀ। ਅੱਛਾ ਅੱਛਾ ਠੀਕ। ਅੱਛਾ ਅੱਛਾ 4 ਦਿਨ ਬਈ ਹੈ ਨੇ ਹਾਲਾਤ ਸਹੀ ਹੋ ਜਾਣਗੇ ਹਟ ਜਾਏਗੀ ਠੀਕ। ਅੱਛਾ ਜਿਹੜਾ ਤੁਸੀਂ ਦੱਸ ਰਹੇ ਹੋ ਗੁਲਜ਼ਾਰਾ ਸੀ ਜਿਹੜਾ, ਉਹਨੇ ਵੀ ਉਹ ਕੋਈ ਮੁਸਲਮਾਨਾਂ ਦੀ ਮਦਦ ਕੀਤੀ? ਬੜੀ ਠੀਕ ਬੜੀ ਬੜੀ। ਅੱਛਾ ਅੱਛਾ ਉਹਨਾਂ ਨੇ ਬਿਲਕੁਲ ਹੀ ਨਹੀਂ ਉਹ ਕਰਨ ਦਿੱਤਾ ਠੀਕ। ਇਹ ਬਾਬਾ ਜੀ ਦੇ ਨਾ ਭਤੀਜੇ ਆ ਜਿਹੜੇ ਉਸ ਟਾਈਮ ਇੰਡੀਆ ਤੋਂ ਜਿਹੜਾ ਹੈਗਾ ਵਾ ਹਿਜਰਤ ਕਰਕੇ ਆਏ ਆ ਜਨਾਬੇ ਅਬਦੁਲ ਮਜੀਦ ਸਾਹਿਬ, ਉਹ ਵੀ ਜਨਾਬੇ ਇਮਰਾਨ ਮੁਸਤਫਾ ਸਾਹਿਬ ਦੇ ਨਾਲ ਗੱਲਬਾਤ ਕਰਨਗੇ। ਇੱਥੇ ਆ ਜਾਓ ਜੀ ਤੁਸੀਂ ਆਇਓ ਆ ਜਾਓ ਬੈਠੋ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਨੇ ਬਾਬਾ ਜੀ? ਅੱਛਾ ਕੋਈ ਯਾਦ ਨੇ ਤੁਹਾਨੂੰ ਵੀ ਕੋਈ? ਯਾਦ ਸਿਰਫ ਇਤਨਾ ਹੈ ਕਿ ਮੇਰੀ ਉਮਰ ਉਸ ਵਕਤ ਤਕਰੀਬਨ 6-7 ਸਾਲ ਦੀ ਸੀ। 6-7 ਸਾਲ ਦੀ। ਔਰ ਜਿਹੜੇ ਗੱਡੇ ਦੇ ਨਾਲ ਇਹ ਸਾਨੂੰ ਲਿਆਂਦਾ ਇਹਨਾਂ ਨੇ, ਇਹਦਾ ਬੱਚਾ ਹੀ ਸੀ ਜੀ ਇਹਦਾ। ਕਦੀ ਅਸੀਂ ਪੈਦਲ ਚੱਲਦੇ ਸੀ। ਅੱਛਾ ਕਦੇ ਸਾਨੂੰ ਗੱਡੇ ਤੇ ਪਾ ਲੈਂਦੇ ਸੀ। ਇਹਦਾ ਛੋਟਾ ਹੀ ਸੀ। ਅੱਛਾ ਅੱਛਾ ਉਹ ਬਾਬਾ ਜੀ ਉਹ ਦੱਸਦੇ ਨੇ ਵੀ ਉਹਨਾਂ ਦੇ ਜਿਹੜਾ ਹੈ ਸੀ ਕਾਕੂ ਦੇ ਛੱਤ ਸੀ ਜਿਹੜੀ ਉਹਨਾਂ ਦੀ ਚਬਾਰੇ ਦੀ, ਉਹਦੇ ਉੱਤੇ ਮੁਸਲਮਾਨ ਪਰਿਵਾਰ ਕਾਫੀ ਦਿਨ ਉਹਨਾਂ ਨੇ ਉੱਤੇ ਰੱਖਿਆ ਉਹਨਾਂ ਨੂੰ। ਉਹ ਜੀ ਉੱਦਾਂ ਇਹਨਾਂ ਨੇ ਬਹੁਤ ਸਵਾਲਾ ਕੀਤਾ ਸਾਰਿਆਂ ਦਾ ਹੀ। ਅੱਛਾ ਅੱਛਾ ਮੁਸਲਮਾਨ ਨਹੀਂ ਮੰਨ ਦਿੱਤਾ ਉਹਨੇ ਕੋਈ? ਅੱਛਾ ਅੱਛਾ ਯਾਨੀ ਕਿ ਉਹਨੇ ਆਪਣੇ ਪਿੰਡ ਵਾਲਿਆਂ ਵਾਸਤੇ ਬਹੁਤ ਭਲਾ ਕੀਤਾ, ਯਾਨੀ ਸਭ ਆਦਮੀ ਸੀ ਬੜਾ ਠੀਕ। ਅੱਛਾ 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 ਬਾਬਾ ਜੀ ਕੀ ਪੈਗਾਮ ਦੇਵੋਗੇ ਉਹਨਾਂ ਦੀ ਔਲਾਦ ਨੂੰ, ਅਗਰ ਉਹਨਾਂ ਦੀ ਔਲਾਦ ਕੋਈ ਸੁਣਦੀ ਹੋਵੇ, ਉਹਨਾਂ ਦੇ ਬੱਚੇ ਵਗੈਰਾ ਕਾਕੂ ਦੇ ਪੋਤੇ ਦੋਤੇ ਹੋਣਗੇ, ਉਹਨਾਂ ਨੂੰ ਕੀ ਪੈਗਾਮ ਦੇਵੋਗੇ? ਪੈਗਾਮ ਉਹਨਾਂ ਨੂੰ ਹੁਣ ਕਹਿੰਦਾ ਖੈਰ ਸੁੱਖ ਹੀ ਪੁੱਛਣਗੇ। ਅੱਛਾ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ? ਪਿੰਡ ਯਾਦ ਆਉਂਦਾ ਤੁਹਾਨੂੰ? ਪਿੰਡ ਤਾਂ ਯਾਦ ਆਉਂਦਾ, ਹੁਣ ਜਾ ਨਹੀਂ ਸਕਦੇ। ਨਹੀਂ ਉਹ ਤੁਹਾਨੂੰ ਲੈ ਜਾਵਾਂਗੇ, ਤੁਸੀਂ ਪਿੰਡ ਤੁਹਾਨੂੰ ਦਿਖਾ ਦਾਂਗੇ, ਪਿੰਡ ਤੁਹਾਨੂੰ ਫੋਟੋ ਭੇਜਾਂਗੇ ਸਾਰੀਆਂ, ਪਿੰਡ ਤੁਹਾਡਾ ਜਿਹੜਾ ਹੈ ਨਾ ਦਿਖਾ ਦਾਂਗੇ ਤੁਹਾਨੂੰ। ਹਾਂ ਹੋਰ ਕੋਈ ਪਿੰਡ ਦੀ ਬਾਬਾ ਜੀ ਯਾਦ? ਇੰਡੀਆ ਦੇ ਵੇਲੇ ਦੀਆਂ ਦਸਤਾਂ ਇੰਡੀਆ ਇੰਡੀ ਹਿੰਦੁਸਤਾਨ ਦੀਆਂ ਇੰਡੀਆ ਦੇ ਵੇਲੇ ਤੇ ਦਸਤਾਵੇਜ਼ਾਂ ਤਾਂ ਦੇ ਕੋਲ ਸਟਾਮ ਪੇਪਰ ਵਗੈਰਾ ਜਿਹੜੇ ਨੂੰ ਇਹਨਾਂ ਨੂੰ। ਅੱਛਾ ਅੱਛਾ ਠੀਕ ਠੀਕ ਇਹ 1947 ਦੇ ਨੇ? ਜੀ ਜੀ ਬਿਲਕੁਲ। ਉਹ ਤੋਂ ਵੀ ਪਹਿਲਾਂ ਦੇ ਜੀ ਠੀਕ ਜਿਹੜੇ ਤਲਵੰਡੀ ਭੁਪੀਰੀਆਂ ਜਿਹੜੇ ਰਕਬਾ ਖਰੇ। ਹਾਂਜੀ ਇਹ ਰਕਬੇ ਦਾ ਹੈ ਜੀ, ਤਲਵੰਡੀ ਭੁਪੀਰੀਆਂ ਜਿਹੜਾ ਇਹਨਾਂ ਦਾ ਆਇਆ ਸੀ ਨਾ ਉਸ ਦੀ ਇਹ ਦਸਤਾਵੇਜ਼ ਨੇ ਕੰਪਲੀਟ। ਇਹ ਦੇਖ ਲਓ ਬਾਬਾ ਜੀ ਨੇ ਹਜੇ ਵੀ ਉਹ ਸੰਭਾਲ ਕੇ ਰੱਖੀ ਹੋਈਆਂ ਨੇ, ਆਹ ਦੇਖੋ ਸਾਰਾ ਉਹਦੇ 'ਚ ਡਿਟੇਲ ਲਿਖੀ ਹੋਈ ਹੈ ਮੁਕੰਮਲ ਜਗ੍ਹਾ ਜਿਹੜੀ ਉਹਨਾਂ ਨੇ ਲਈ ਸੀ ਤਲਵੰਡੀ ਭੁਪੀਰੀਆਂ ਤਹਿਸੀਲ ਮੋਗਾ, ਅਤੇ ਉਹਦੇ ਬਾਰੇ 'ਚ ਜ਼ਮੀਨ ਦੇ ਬਾਰੇ 'ਚ ਰਿਹਾਇਸ਼ੀ ਕਿਤਨੇ ਮਰਲੇ ਜਗ੍ਹਾ ਹੈਗੀ ਸੀ, 12 ਮਰਲੇ 4 ਦੀਵਾਰੀ ਸਾਰਾ ਕੁਛ ਇਹਦੇ 'ਚ ਡਿਟੇਲ ਨਾਲ ਲਿਖਿਆ ਹੋਇਆ। ਦੇਖੋ ਜੀ ਬਾਬਾ ਜੀ ਨੇ ਕਿਤਨਾ ਉਹ ਹਜੇ ਤੱਕ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਇੱਕ ਮਿੰਟ ਹੈ ਨਾ ਮੈਂ। ਅੱਛਾ ਬਾਬਾ ਜੀ ਜਿਹੜੇ ਹੈ ਸੀ ਯਾਨੀ ਕਿ ਗੁਲਜ਼ਾਰਾ ਸੀ, ਉਹਨਾਂ ਦੇ ਵਾਲਦ ਨੂੰ ਤੁਸੀਂ ਕੀ ਕਹਿੰਦੇ ਸੀ? ਤਾਇਆ ਕਹਿੰਦੇ। ਅੱਛਾ ਕਾਕੂ ਨੂੰ ਤਾਇਆ ਕਹਿੰਦੇ ਸੀ ਠੀਕ।
अच्छा उन्हां दे घर आना जाना भी है सी? हां ठीक, कोई ओ नहीं सी, फर्क नहीं करदे सी? ओ सारे दे घर ही आई जांदे, पिंड वासी दे बाद सारे कारोबार पेंदे सी ना, लड़े सी जो। अच्छा अच्छा, लड़े जो सी लोग। ठीक, अच्छा उन्हां ने कदे तुहानू दुख नहीं दिता? ना। ठीक, भरावां वांगूर है? बिल्कुल। ठीक, ਕਿ ਬੜੀ ਸਿਫਤ ਸੀ। ਹਾਂਜੀ ਹਾਂਜੀ, ਪਿੰਡ ਦੀ ਧੀ ਭੈਣ ਹੋਵੇ ਨਾ, ਚੂੜੇ ਦੀ ਵੀ ਹੋਵੇ ਪਵਾ, ਜਾ ਕੇ ਮਖੌਲ ਕਰ ਜਾਣ। ਅੱਛਾ, ਬਿਲਕੁਲ ਹੀ ਨਹੀਂ ਸੀ ਬਈ, ਮਖੌਲ ਨਹੀਂ ਕਰਨੀ ਸੀ। ਅੱਛਾ, ਇੱਥੋਂ ਮਿਸਾਲ ਆਖੀ ਜਾਣਾ, ਪਿੰਡ ਦੀ ਧੀ ਪਵਾ ਕਿਸੇ ਮਰਾਸੀ ਦੀ ਹੋਵੇ, ਕੋਈ ਸਿੱਖ ਨੰਗੇ ਜਾਂ ਅਤੇ ਉੱਥੇ ਕਹਿਣਾ ਮੇਰੇ ਕੋਲ ਪੈਸੇ ਹੈ ਨਹੀਂ ਸੀਗੇ, ਮੈਂ ਕਿਹਾ ਕੁੜੀ ਮਿਲ ਗਈ ਤਾਂ ਦਿਉਂਗਾ। अच्छा, यानी कि शादी ब्याह च भी एक दूसरे दे, जिस तरह मुसलमान किसी परिवार च बेटी दी शादी होंदी सी ते उनू भी वो पैसे देंदे सी, समझ दे। अच्छा अच्छा ठीक, बेटी समझदे सी। हां।